ਹਾਂਜੀ ਦੋਸਤੋ ਵੈਲਕਮ ਸਵਾਗਤ ਹੈ ਤੁਹਾਡਾ ਸਟੱਡੀ ਸ਼ਿਪ YouTube ਚੈਨਲ ਤੇ ਅੱਜ ਇਸ ਵੀਡੀਓ ਦੇ ਰਾਹੀਂ ਪੀਐਸਪੀਸੀਐਲ ਦੇ ਵੱਲੋਂ ਅਸਿਸਟੈਂਟ ਇੰਜੀਨੀਅਰ ਔਨ ਟ੍ਰੇਨਿੰਗ ਦੀਆਂ ਅਸਾਮੀਆਂ ਦੇ ਬਾਰੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਪੀਐਸਪੀਸੀਐਲ ਦੇ ਵੱਲੋਂ ਏਈ ਦੀ ਜਿਹੜੀ ਭਰਤੀ ਕੀਤੀ ਜਾਣੀ ਆ ਉਹਦੇ ਨਾਲ ਸੰਬੰਧਤ ਨਵੀਂ ਜਾਣਕਾਰੀ ਇਸ ਵੀਡੀਓ ਦੇ ਵਿੱਚ ਔਰ ਇਸ ਤੋਂ ਇਲਾਵਾ ਤੁਹਾਨੂੰ ਮੁੱਢਲੀ ਜਾਣਕਾਰੀ ਤੋਂ ਇਲਾਵਾ ਪੀਐਸਪੀਸੀਐਲ ਦੇ ਵੱਲੋਂ ਜਿਹੜੀ ਏਈ ਦੀਆਂ ਪੋਸਟਾਂ ਐਡਵਰਟਾਈਜ਼ਮੈਂਟ ਆਉਣੀ ਹੈ ਉਹਦੇ ਲਈ ਵਿਦਿਅਕ ਯੋਗਤਾ ਕੀ ਹੋਵੇਗੀ ਪੇ ਸਕੇਲ ਕਿੰਨਾ ਹੋਵੇਗਾ ਮਹੱਤਵਪੂਰਨ ਮਿਤੀਆਂ ਕਿਹੜੀਆਂ-ਕਿਹੜੀਆਂ ਹਨ ਉਮਰ hạn ਦੁਮਰ ਸ਼ੋਰ ਤੇ ਯੋਗਤਾ ਕਿੰਨੀ ਹੋਵੇਗੀ ਉਹਦੇ ਲਈ ਕੀ ਸ਼ਰਤਾਂ ਹੋਣਗੀਆਂ ਕੀ ਨਿਯਮ ਹੋਣਗੇ ਅਸਾਮੀਆਂ ਦੀ ਗਿਣਤੀ ਤੇ ਹੋਰ ਨਿਯਮ ਤੇ ਸ਼ਰਤਾਂ ਤੇ ਮਹੱਤਵਪੂਰਨ ਨੋਟ ਤੁਹਾਨੂੰ ਵੀਡੀਓ ਦੇ ਲਾਸਟ ਤੇ ਦੱਸਾਂਗੇ ਸੋ ਬਿਨਾ ਸਕਿਪ ਕੀਤੇ ਤੁਸੀਂ ਪੂਰੀ ਵੀਡੀਓ ਇਹ ਲਾਸਟ ਤੱਕ ਜਰੂਰ ਦੇਖਣਾ ਸਟੇ ਕਨੈਕਟਡ ਸਟੇ ਅਪਡੇਟਡ ਜੁੜੇ ਰਹੋ ਇਸ ਚੈਨਲ ਨਾਲ ਔਰ ਅਪਡੇਟ ਰਹੋ ਸੋ ਮੁੱਢਲੀ ਜਾਣਕਾਰੀ ਦੇ ਵਿੱਚ ਤੁਹਾਨੂੰ ਦੱਸਤੀ ਹੈ ਕਿ ਪੀਐਸਪੀਸੀਐਲ ਵੱਲੋਂ GATE 2024 ਅੰਕਾਂ ਦੇ ਆਧਾਰ ਤੇ ਸਹਾਇਕ ਇੰਜੀਨੀਅਰ ਰੋਟੀ ਦੀ ਭਰਤੀ ਜਿਹੜੀ ਕੀਤੀ ਜਾਣੀ ਹੈ ਉਹਦੇ ਨਾਲ ਸੰਬੰਧਿਤ ਇੱਕ ਪਬਲਿਕ ਨੋਟਿਸ ਪਬਲਿਕ ਨੋਟਿਸ ਜਾਰੀ ਕੀਤਾ ਗਿਆ ਸੋ GATE ਦੇ ਬੇਸ ਤੇ 2024 ਦੇ ਵਿੱਚ ਜੋ GATE ਦਾ ਐਗਜ਼ਾਮ ਹੋਣਾ ਹੈ ਗ੍ਰੈਜੂਏਟ ਐਪਟੀਟਿਊਡ ਟੈਸਟ ਇਨ ਇੰਜੀਨੀਅਰਿੰਗ 2024 ਦੇ ਜਿਹੜੇ ਮਾਰਕਸ ਹੋਣਗੇ ਸਕੋਰ ਹੋਣਗੇ ਉਹਨਾਂ ਦੇ ਬੇਸ ਤੇ ਉਹਨਾਂ ਦੀ ਮੈਰਿਟ ਦੇ ਆਧਾਰ ਤੇ ਉਹ ਅਸਿਸਟੈਂਟ ਇੰਜੀਨੀਅਰ ਦੀ ਭਰਤੀ ਕੀਤੀ ਜਾਣੀ ਆ ਸਹਾਇਕ ਇੰਜੀਨੀਅਰ ਦੀ ਭਰਤੀ ਕੀਤੀ ਜਾਣੀ ਆ ਸੋ ਪੀਐਸਪੀਸੀਐਲ ਵੱਲੋਂ ਗੇਟ 2023 ਦੇ ਅੰਕਾਂ ਦੇ ਆਧਾਰ ਤੇ ਜਿਹੜੀ ਪਹਿਲਾਂ ਭਰਤੀ ਦੇ ਲਈ ਐਡਵਰਟਾਈਜ਼ਮੈਂਟ ਦਿੱਤੀ ਗਈ ਸੀ ਸਹਾਇਕ ਇੰਜੀਨੀਅਰ ਰੋਟ ਇਲੈਕਟ੍ਰੀਕਲ ਕੈਟਰ ਦੇ ਵਿੱਚ ਮਕੈਨੀਕਲ ਇੰਜੀਨੀਅਰਿੰਗ ਦੇ ਵਿੱਚ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ ਦੇ ਵਿੱਚ ਉਹ ਜਿਹੜੀ ਭਰਤੀ ਹੈ ਉਹ ਪਹਿਲਾਂ ਹੀ ਕਾਰਵਾਈ ਅਧੀਨ ਹੈ ਪਹਿਲਾਂ ਹੀ ਉਹਦਾ ਪ੍ਰੋਸੈਸ ਹੈ ਜਿਹੜਾ ਜਾਰੀ ਹੈ ਉਹ ਚੱਲ ਰਿਹਾ ਹੈ ਸੋ ਅਗਲੀ ਜਿਹੜੀ ਭਰਤੀ ਹੋਣੀ ਹੈ ਉਹ 2024 ਦੇ ਗੇਟ ਦੇ ਅੰਕਾਂ ਦੇ ਆਧਾਰ ਤੇ PSPCL ਵੱਲੋਂ ਸਾਲ 2024-25 ਲਈ ਸਹਾਇਕ ਇੰਜੀਨੀਅਰ OT ਇਲੈਕਟ੍ਰੀਕਲ ਕੈਟੇਡਰ ਦੇ ਵਿੱਚ ਇਲੈਕਟ੍ਰੀਕਲ ਇਲੈਕਟ੍ਰੀਕਲ ਐਂਡ ਇਲੈਕਟ੍ਰੋਨਿਕਸ ਇੰਜੀਨੀਅਰਿੰਗ ਮਕੈਨੀਕਲ ਇੰਜੀਨੀਅਰਿੰਗ ਇਲੈਕਟ੍ਰੋਨਿਕਸ ਇੰਜੀਨੀਅਰਿੰਗ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ ਡਿਸਪਲਨ ਦੇ ਵਿੱਚ ਜਿਹੜੀ ਭਰਤੀ ਹੈ ਉਹ ਗੇਟ 2024 ਦੇ ਅੰਕਾਂ ਦੇ ਆਧਾਰ ਤੇ ਹੋਣੀ ਹੈ ਸੋ ਉਮੀਦਵਾਰਾਂ ਨੂੰ ਜਿਹੜੇ ਵੀ ਉਮੀਦਵਾਰ PSPCL ਦੇ ਵਿੱਚ ਸਹਾਇਕ ਇੰਜੀਨੀਅਰ OT ਇਲੈਕਟ੍ਰੀਕਲ ਕੈਟੇਡਰ ਦੇ ਅਧੀਨ ਉਕਤ ਜਿਹੜੀਆਂ ਬ੍ਰਾਂਚਸ ਤੁਹਾਨੂੰ ਦੱਸੀਆਂ ਗਈਆਂ ਉਹਦੇ સ્વંતત ઉમેદવાર સ્વંતત સ્વંતત ડિસિપ્લિનસ ਦੇ ਵਿੱਚ ગેટ 2024 ਦਾ પેપર ਹੈ ਜਿਹੜਾ ਉਹਦੇ ਵਿੱਚ ਅਪੀਅਰ ਹੋਣਾ ਯਕੀਨੀ ਬਣਾਉਣਗੇ ਇਸ ਅਸਾਮੀ ਲਈ ઉમેદਵਾਰਾਂ ਦੀ ਵਿਦਿਅਕ ਤੇ ਪੰਜਾਬੀ ਦੀ ਯੋਗਤਾ ਜਿਹੜੀ ਜ਼ਰੂਰੀ ਲਾਜ਼ਮੀ ਹੈ ਉਹ ਤੁਹਾਨੂੰ ਅਗਲੇ ਹਿੱਸੇ ਦੇ ਵਿੱਚ ਦੱਸਦੇ ਹਾਂ ਔਰ ਇਹ ਵੀ ਦੱਸਣਯੋਗ ਹੈ ਕਿ ਗੇਟ 2024 ਕੁਆਲੀਫਾਈਡ ਉਮੀਦਵਾਰ ਹੀ ਇਸ ਭਰਤੀ ਪ੍ਰਕਿਰਿਆ ਦੇ ਲਈ ਯੋਗ ਹੋਣਗੇ ਉਹੀ ਐਲੀਜੀਬਲ ਹੋਣਗੇ ਜਿਨ੍ਹਾਂ ਨੇ ਗੇਟ 2024 ਕਵالیਫਾਈ ਕੀਤਾ ਹੈ ਲੋੜੀਂਦੀ ਵਿਦਿਕ ਯੋਗਤਾ ਦੀ ਗੱਲ ਕਰੀਏ ਤਾਂ ਅਸਿਸਟੈਂਟ ਇੰਜੀਨੀਅਰ ਔਨ ਟ੍ਰੇਨਿੰਗ ਇਲੈਕਟ੍ਰੀਕਲ ਦੀ ਅਸਾਮੀ ਦੇ ਲਈ ਜਿਹੜੀ ਮੋਡਲੀ ਤੁਹਾਡੀ ਯੋਗਤਾ ਹੈ ਬੇਸਿਕ ਤੇ ਪ੍ਰੋਫੈਸ਼ਨਲ ਕੁਆਲੀਫਿਕੇਸ਼ਨ ਹੈ ਉਹ ਤੁਹਾਡੀ ਹੋਣੀ ਚਾਹੀਦੀ ਹੈ ਫੁੱਲ ਟਾਈਮ ਰੈਗੂਲਰ ਬੀਈ ਬੀਟੈਕ ਬੀਐਸਸੀ ਇਨ ਇੰਜੀਨੀਅਰਿੰਗ ਵਿਦ ਮਿਨਿਮਮ ਆਫ 60 ਪਰਸੈਂਟ ਮਾਰਕਸ 60 ਪਰਸੈਂਟ ਮਾਰਕਸ ਹੋਣ ਬੀਈ ਬੀਐਸਸੀ ਜਾਂ ਬੀਟੈਕ ਦੇ ਵਿੱਚੋਂ ਹੋ ਜਾਂ ਇਹਦਾ ਇਕੁਇਵਲੈਂਟ ਤੁਹਾਡਾ ਐਗਜ਼ਾਮ ਜਦੋਂ ਪਾਸ ਹੋਵੇ ਜਾਂ AICET ਦੇ ਵੱਲੋਂ ਰਿਕੋਗਨਾਈਜ਼ ਜਿਹੜੀ ਡਿਗਰੀ ਹੈ ਉਹ ਤੁਹਾਡੇ ਕੋਲ ਹੁਣ ਚਾਹੀਦੀ ਹੈ AMI ਤੁਹਾਡੇ ਕੋਲ ਹੋ ਸਕਦੀ ਹੈ 60% ਮਾਰਕਸ AMI ਦੇ ਵਿੱਚ ਹੋਣ ਜਿਹੜੀ ਕਿ ਇੰਸਟੀਚਿਊਸ਼ਨ ਆਫ ਇੰਜੀਨੀਅਰਸ ਕੋਲਕਾਤਾ ਦੇ ਵਿੱਚੋਂ ਤੁਸੀਂ ਪਾਸ ਕੀਤੀ ਹੋਵੇ ਔਰ ਇਹਦੀਆਂ ਬ੍ਰਾਂਚਸ BE BSC ਜਾਂ BTech ਦੀਆਂ ਜਾਂ AMI ਦੀਆਂ ਉਹ ਇਲੈਕਟ੍ਰੀਕਲ ਇੰਜੀਨੀਅਰਿੰਗ ਦੇ ਵਿੱਚ ਹੈ ਇਲੈਕਟ੍ਰੀਕਲ ਇੰਜੀਨੀਅਰਿੰਗ ਜਾਂ ਇਲੈਕਟ੍ਰੀਕਲ ਐਂਡ ਇਲੈਕਟ੍ਰੋਨਿਕਸ ਇੰਜੀਨੀਅਰਿੰਗ ਦੇ ਵਿੱਚ ਪਾਸ ਹੋਵੇ ਤੁਹਾਡੀ ਇਹ ਵਿਦਿਅਕ ਯੋਗਤਾ ਜਿਹੜੀ ਬੀਟੈਕ ਬੀਐਸਸੀ ਬੀਈ ਜਾਂ ਏਐਮਆਈ ਮਕੈਨੀਕਲ ਇੰਜੀਨੀਅਰਿੰਗ ਡਿਸਿਪਲਿਨਸ ਦੇ ਕੈਂਡੀਡੇਟਸ ਦੇ ਲਈ ਮਕੈਨੀਕਲ ਇੰਜੀਨੀਅਰਿੰਗ ਦੇ ਵਿੱਚ ਤੁਹਾਡੀ ਡਿਗਰੀ ਆ ਜਿਹੜੀ ਸੰਬੰਧਿਤ ਹੋਣੀ ਚਾਹੀਦੀ ਹੈ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ ਦੇ ਲਈ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ ਦੇ ਖੇਤਰ ਦੇ ਵਿੱਚ ਤੁਹਾਡੀ ਡਿਗਰੀ ਪਾਸ ਹੋਣੀ ਚਾਹੀਦੀ ਹੈ ਪੰਜਾਬੀ ਦੀ ਨੌਲੇਜ ਦੀ ਪੰਜਾਬੀ ਦੀ ਜਾਣਕਾਰੀ ਦੀ ਗੱਲ ਕਰੀਏ ਤਾਂ ਕੁਆਲਿਫੀਕੇਸ਼ਨ ਜਿਹ ਜਿਹੜਾ ਐਗਜ਼ਾਮ ਹੈ ਤੁਹਾਡਾ ਪੰਜਾਬੀ ਦਾ ਸਬਜੈਕਟ ਉਹ ਪਾਸ ਹੋਣਾ ਚਾਹੀਦਾ ਹੈ ਅਪਲਾਈ ਕਰਨ ਦੀ ਲਾਸਟ ਡੇਟ ਤੱਕ ਤੁਹਾਡੇ ਜਿਹੜੇ ਪੰਜਾਬੀ ਵਿਸ਼ਾ ਉਹ 10ਵੀਂ ਪੱਧਰ ਦਾ ਪੰਜਾਬੀ ਦਾ ਵਿਸ਼ਾ ਪਾਸ ਕੀਤਾ ਹੋਵੇ ਤਾਂ ਤੁਸੀਂ ਯੋਗ ਹੋਵੋਗੇ ਇਹਨਾਂ ਪੋਸਟਾਂ ਦੇ ਅਪਲਾਈ ਕਰਨ ਦੇ ਲਈ ਪੇ ਸਕੇਲ ਜਿਹੜਾ ਤੁਹਾਡੇ ਤੇ ਲੱਗ ਹੋਣਾ ਹੈ ਪੰਜਾਬ ਸਰਕਾਰ ਦਾ ਜਿਹੜਾ ਵਿੱਤ ਵਿਭਾਗ ਦੇ ਵੱਲੋਂ ਨੋਟੀਫਿਕੇਸ਼ਨ ਹੈ ਉਹ ਇਹ ਨੰਬਰ ਤੁਹਾਨੂੰ ਸਕਰੀਨ ਤੇ ਨਜ਼ਰ ਆ ਰਿਹਾ ਹੈ ਮਿਤੀ 17/7/2020 ਨੂੰ ਇਹ ਨੋਟੀਫਿਕੇਸ਼ਨ ਜਿਹੜਾ ਜਾਰੀ ਹੋਇਆ ਸੀ ਇਹਦੇ ਅਨੁਸਾਰ ਤੁਹਾਡੇ ਤੇ ਇਹਨਾਂ ਅਸਾਮੀਆਂ ਦੇ ਲਈ ਜਿਹੜਾ ਪੇ ਸਕੇਲ ਹੈ ਉਹ ਲਾਗੂ ਹੋਵੇਗਾ ਇਹ ਨੋਟੀਫਿਕੇਸ਼ਨ ਸਕਿਲ ਦੇ ਲਈ ਪੇ ਸਕਿਲ ਦੇ ਲਈ ਮਹੱਤਵਪੂਰਨ ਮੀਤੀਆਂ ਦੀ ਗੱਲ ਕਰੀਏ ਗੇਟ 2024 ਦੇ ਲਈ ਜਿਹੜੀ ਇੰਪੋਰਟੈਂਟ ਡੇਟਸ ਨੇ ਉਹ ক্লোਜ਼ਿੰਗ ਡੇਟ ਹੈ ਜਿਹੜੀ ਦੀ ਆਨਲਾਈਨ ਰਜਿਸਟ੍ਰੇਸ਼ਨ ਦੀ ਵਿਦਆਊਟ ਲੇਟ ਫੀ ਉਹ 5 ਅਕਤੂਬਰ ਤੱਕ ਸੀ 5 ਅਕਤੂਬਰ ਤੱਕ ਜਿਹੜੀ ਬਿਨਾ ਲੇਟ ਫੀਸ ਤੋਂ ਤੁਸੀਂ ਗੇਟ 2024 ਲਈ ਅਪਲਾਈ ਕਰ ਸਕਦੇ ਸੀ ਹੁਣ ਇਹ ਡੇਟ ਹੈ ਜਿਹੜੀ ਉਹ ਵਧਾਈ ਗਈ ਹੈ ਤਾਂ ਐਕਸਟੈਂਡਿੰਗ ਡੇਟ ਹੈ ਜਿਹੜੀ ਐਕਸਟੈਂਡਡ ਡੇਟਾ ਐਕਸਟੈਂਸ਼ਨ ਕੀਤੀ ਗਈ ਹੈ ਵਿਦ ਲੇਟ ਫੀਸ ਉਹ 13 ਅਕਤੂਬਰ 2023 ਤੱਕ ਤੁਸੀਂ ਅਪਲਾਈ ਕਰ ਸਕਦੇ ਹੋ ਜੇ ਟਾਈਮ ਜਿਹੜਾ ਹੈ ਹੈ ਤੁਹਾਡੇ ਕੋਲ ਜੇ ਫਿਰ ਵੀ ਤੁਸੀਂ ਸਕਿੱਪ ਕਰ ਗਏ ਹੋ ਗੇਟ 2024 ਇਗਜ਼ਾਮ ਲਈ ਅਪਲਾਈ ਤੁਸੀਂ ਆਨਲਾਈਨ ਨਹੀਂ ਕੀਤਾ ਤਾਂ ਤੁਸੀਂ ਲੇਟ ਫੀਸ ਦੇ ਨਾਲ 13 ਅਕਤੂਬਰ 2023 ਤੱਕ ਅਪਲਾਈ ਕਰ ਸਕਦੇ ਹੋ ਇਸ ਦੇ ਨਾਲ ਸੰਬੰਧਿਤ ਗੇਟ 2024 ਨਾਲ ਸੰਬੰਧਿਤ ਵਧੇਰੇ ਜਾਣਕਾਰੀ ਲਈ ਇਸ ਸਕਰੀਨ ਤੇ ਤੁਹਾਨੂੰ ਵੈਬਸਾਈਟ ਨਜ਼ਰ ਆ ਰਹੀ ਹੈ ਇਹਦਾ ਲਿੰਕ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਵੀ ਤੁਹਾਡੇ ਲਈ ਦਿੱਤਾ ਜਾ ਰਿਹਾ ਤਾਂ ਤੁਸੀਂ ਕਲਿੱਕ ਕਰ ਸਕਦੇ ਹੋ gate2024.iisc.ac.in ਇਹ ਤੋਂ ਤੁਸੀਂ ਹੋਰ ਵਧੇਰੇ ਜਾਣਕਾਰੀ ਜਿਹੜੀ gate2024 ਨਾਲ ਸੰਬੰਧਿਤ ਪ੍ਰਾਪਤ ਕਰ ਸਕਦੇ ਹੋ ਉਮਰ ਹੱਦ ਉਮਰ ਛੋਟ ਜਾਂ ਯੋਗਤਾ ਦੀ ਗੱਲ ਕਰੀਏ ਤਾਂ ਪੰਜਾਬ ਸਰਕਾਰ ਵੱਲੋਂ ਸਮੇਂ-ਸਮੇਂ ਤੇ ਜਿਹੜੀਆਂ ਹਦਾਇਤਾਂ ਨੇ ਜਾਰੀ ਕੀਤੀਆਂ ਨੇ ਉਮਰ ਹੱਦ ਦੇ ਲਈ ਜਾਂ ਰਾਖਵੇਂਕਰਨ ਦੇ ਲਈ ਰਿਜ਼ਰਵੇਸ਼ਨ ਦੇ ਲਈ ਉਹਦੇ ਅਨੁਸਾਰ ਤੁਹਾਡੀ ਜਿਹੜੀ ਉਮਰ ਹੱਦ ਹੈ ਉਹ ਹੋਣੀ ਚਾਹੀਦੀ ਹੈ ਰਾਖਵੇਂਕਰਨ ਦੇ ਨਾਲ ਸੰਬੰਧਿਤ ਜਿਹੜੇ ਨਿਯਮ ਨੇ ਸ਼ਰਤਾਂ ਨੇ ਉਹ ਤੁਹਾਡੇ ਤੇ ਲਾਗੂ ਹੋਣਗੀਆਂ ਪੰਜਾਬ ਸਰਕਾਰ ਦੇ ਨਿਯਮਾਂ ਦੇ ਅਨੁਸਾਰ 1 ਜਨਵਰੀ ਨੂੰ ਜਿਸ ਸਾਲ ਦੇ ਵਿੱਚ ਬਗਿਆਪਨ ਦਿੱਤਾ ਜਾਏਗਾ 1 ਜਨਵਰੀ ਨੂੰ ਤੁਹਾਡੀ ਘੱਟੋ ਘੱਟ ਉਮਰ 18 ਸਾਲ ਔਰ ਵੱਧ ਤੋਂ ਵੱਧ 37 ਸਾਲ ਉਮਰ ਤੁਹਾਡੀ ਹੋਣੀ ਚਾਹੀਦੀ ਹੈ ਔਰ ਉੱਪਰਲੀ ਜਿਹੜੀ ਉਮਰ ਸੀਮਾ ਦੀ ਸ਼ੋਰਟ ਹੈ ਉਹ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਅਨੁਸਾਰ ਹੋਵੇਗੀ ਪੰਜਾਬ ਸਰਕਾਰ ਦੇ ਨਿਯਮਾਂ ਦੇ ਅਨੁਸਾਰ ਹੋਵੇਗੀ ਵਿਦਿਆਰਥੀਆਂ ਦੀ ਯੋਗਤਾ ਦੇ ਸਬੰਧੀ ਇੰਜੀਨੀਅਰਿੰਗ ਕੁਆਲੀਫਾਈਇੰਗ ਡਿਗਰੀ ਦੇ 23 24 ਸੈਸ਼ਨ ਦੇ ਆਖਰੀ ਸਾਲ ਪੂਰਾ ਕਰ ਚੁੱਕੇ ਜਾਂ ਆਖਰੀ ਸਾਲ ਵਿੱਚ ਅਪੀਅਰ ਹੋ ਰਹੇ ਉਮੀਦਵਾਰ ਅਪਲਾਈ ਕਰ ਸਕਦੇ ਨੇ ਬਿਸ਼ਰਤੇ ਕਿ ਉਹਨਾਂ ਵੱਲੋਂ ਇਸ ਸਾਮੀ ਲਈ ਹੈਟਲ ਕੀ ਸ਼ਰਤ ਨੰਬਰ 3 ਦੇ ਮੱਦੇ ਨਜ਼ਰ ਜਾਰੀ ਹੋਣ ਵਾਲੇ ਵਿਗਿਆਪਨ ਦੀ ਆਨਲਾਈਨ ਅਪਲਾਈ ਕਰਨ ਦੀ ਆਖਰੀ ਮਿਤੀ ਤੱਕ ਲੋੜੀਂਦੀ ਯੋਗਤਾ ਪੂਰੀ ਕਰ ਲਈ ਹੋਵੇ ਤੇ ਗੇਟ 2024 ਕੁਆਲੀਫਾਈ ਕੀਤਾ ਹੋਵੇ ਸੋ ਇਹ ਨੋਟ ਕਰ ਲੈਣ ਵਿਦਿਆਰਥੀ ਕਿ ਅਪਲਾਈ ਕਰਨ ਦੀ ਆਖਰੀ ਮਿਤੀ ਤੋਂ ਪਹਿਲਾਂ ਤੁਹਾਡਾ ਗੇਟ 2024 ਕੁਆਲੀਫਾਈ ਹੋਵੇ ਔਰ ਆਖਰੀ ਸਾਲ ਦੇ ਵਿੱਚ ਪੜ ਰਹੇ ਵਿਦਿਆਰਥੀ ਜਾਂ ਪਾਸ ਕਰ ਚੁੱਕੇ ਵਿਦਿਆਰਥੀ ਬੀਈ ਬੀਟੈਕ ਦੇ ਵਿੱਚੋਂ ਉਹ ਵੀ ਅਪਲਾਈ ਕਰ ਸਕਦੇ ਨੇ ਭਰਤੀ ਲਈ ਅਸਲ ਅਸਾਮੀਆਂ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਜਿਹੜੀ ਪੂਰਨ ਬੇਰਵੇ ਹੈ ਉਹ ਪੀਐਸਪੀਸੀਐਲ ਦੀ ਜਿਹੜੀ ਵੈਬਸਾਈਟ ਹੈ pspcl.in ਉਦੇਤੇ ਬਾਅਦ ਦੇ ਵਿੱਚ ਵੱਖਰੇ ਤੌਰ ਤੇ ਜਾਰੀ ਕੀਤੇ ਜਾਣਗੇ ਔਰ ਇਹ ਵੀ ਸਪਸ਼ਟ ਕੀਤਾ ਜਾਂਦਾ ਕਿ ਉਕਤ ਦਰਸਾਈਆਂ ਜਿਹੜੀਆਂ ਅਸਾਮੀਆਂ ਨੇ ਵੱਖ-ਵੱਖ ਬ੍ਰਾਂਚਸ ਦੇ ਵਿੱਚ ਇਹਨਾਂ ਦਾ ਵਿਗਿਆਪਨ ਜਾਰੀ ਕਰਨਾ ਜਾਂ ਨਾ ਕਰਨਾ ਪੀਐਸਪੀਸੀਐਲ ਦੀ ਲੋੜ ਤੇ ਨਿਰਭਰ ਕਰਦਾ ਹੈ ਬਧਿਰੇ ਜਾਣਕਾਰੀ ਦੇ ਲਈ ਤੁਹਾਨੂੰ ਪੀਐਸਪੀਸੀਐਲ ਦੀ ਜਿਹੜੀ ਅਫੀਸ਼ੀਅਲ ਵੈਬਸਾਈਟ ਹੈ ਉਹ ਸਮੇਂ-ਸਮੇਂ ਤੇ ਚੈੱਕ ਕਰਦੇ ਰਹਿਣਾ ਚਾਹੀਦਾ ਵਿਜ਼ਿਟ ਕਰਦੇ ਰਹਿਣਾ ਚਾਹੀਦਾ ਤਾਂ ਕਿ ਤੁਸੀਂ ਕਿਸੇ ਵੀ ਤਰ੍ਹਾਂ ਦੇ ਇਸ ਤਰ੍ਹਾਂ ਦੇ ਵਿਗਿਆਪਨ ਨੂੰ ਮਿਸ ਨਾ ਕਰੋ ਔਰ ਇਹਦੇ ਨਾਲ ਸੰਬੰਧਿਤ ਪੂਰੇ ਵੇਰਵੇ ਨਿਯਮ ਸ਼ਰਤਾਂ ਅਸਾਮੀਆਂ ਦੀ ਗਿਣਤੀ ਅਪਲਾਈ ਕਰਨ ਦਾ ਢੰਗ ਸਾਰਾ ਤੁਸੀਂ ਆਪਣੀ ਇਨਫਰਮੇਸ਼ਨ ਹੈ ਜਿਹੜੀ ਇੱਥੋਂ ਪ੍ਰਾਪਤ ਕਰ ਸਕਦੇ ਹੋ ਇਸ ਚੈਨਲ ਦੇ ਜ਼ਰੀਏ ਵੀ ਸਟੱਡੀਸ਼ਿਪ YouTube ਚੈਨਲ ਤੋਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਹੀ ਏ ਦੀਆਂ ਅਸਾਮੀਆਂ ਦੇ ਲਈ ਵਿਗਿਆਪਨ ਜਾਰੀ ਕੀਤਾ ਜਾਂਦਾ ਪੀਐਸਪੀਸੀਐਲ ਦੇ ਵੱਲੋਂ ਇਸ ਚੈਨਲ ਦੇ ਜ਼ਰੀਏ ਵੀ ਤੁਹਾਡੇ ਨਾਲ ਜਿਹੜੀ ਤਾਜ਼ਾ ਅਪਡੇਟ ਹੈ ਨਵੀਂ ਜਾਣਕਾਰੀ ਹੈ ਅਪਲਾਈ ਕਰਨ ਦਾ ਪ੍ਰੋਸੀਜਰ ਹੈ ਉਹ ਸ਼ੇਅਰ ਕੀਤਾ ਜਾਵੇਗਾ ਸੋ ਇਸ ਚੈਨਲ ਦੇ ਨਾਲ ਜੁੜੇ ਰਹਿਣਾ ਹੈ ਤੁਸੀਂ ਤਾਂ ਕਿ ਤੁਸੀਂ ਕਿਸੇ ਤਰ੍ਹਾਂ ਦੀ ਇਨਫਰਮੇਸ਼ਨ ਮਿਸ ਨਾ ਕਰੋ ਇਸ ਤੋਂ ਇਲਾਵਾ ਹੋਰ ਜਿਹੜੀਆਂ ਕਿ ਜੇ ਵੀ ਸਮੇਂ ਤੇ ਆਉਣ ਵਾਲੀਆਂ ਅਸਾਮੀਆਂ ਨੇ ਪੀਐਸਪੀਸੀਐਲ ਦੇ ਵੱਲੋਂ ਜੇ ਇਲੈਕਟ੍ਰੀਕਲ ਏਐਲਐਮ ਦੀਆਂ ਪੋਸਟਸ ਨੇ ਜਾਂ ਲਾਈਨਮੈਨ ਦੀਆਂ ਪੋਸਟਾਂ ਆਉਣੀਆਂ ਨੇ ਉਹਦੇ ਨਾਲ ਸੰਬੰਧਿਤ ਜਾਣਕਾਰੀ ਵੀ ਤੁਸੀਂ ਇਸ ਚੈਨਲ ਤੋਂ ਪ੍ਰਾਪਤ ਕਰਦੇ ਰਹੋਗੇ ਸੋ ਇਸ ਚੈਨਲ ਦੇ ਨਾਲ ਜੁੜੇ ਰਹਿਣਾ ਹੈ ਹਰ ਤਰ੍ਹਾਂ ਦੀ ਤਾਜ਼ਾ ਜਾਣਕਾਰੀ ਦੇ ਲਈ ਅਫੀਸ਼ੀਅਲ ਵੈਬਸਾਈਟ ਪੀਐਸਪੀਸੀਐਲ ਦੀ ਤੁਸੀਂ ਚੈੱਕ ਕਰ ਸਕਦੇ ਹੋ ਇਹਦੇ ਨਾਲ ਹੀ ਸਮੂਹ ਉਮੀਦਵਾਰਾਂ ਨੂੰ ਜਿਹੜੇ 2024 ਦੇ ਲਈ ਅਪਲਾਈ ਕਰਨ ਜਾ ਰਹੇ ਨੇ ਔਰ ਗੇਟ 2024 ਦੇ ਵਿੱਚ ਅਪੀਅਰ ਹੋ ਰਹੇ ਨੇ ਔਰ ਏਈ ਜੇਈ ਜਾਂ ਲਾਈਮੈਨ ਏਲਐਮ ਦੀਆਂ ਪੋਸਟਾਂ ਦੀ ਅਪਲਾਈ ਕਰ ਰਹੇ ਨੇ ਪੀਐਸ ਪੀਸੀਐਲ ਦੇ ਵਿੱਚ ਜਾਂ ਪੀਐਸਟੀਸੀਐਲ ਦੇ ਵਿੱਚ ਸਾਰੇ ਉਮੀਦਵਾਰਾਂ ਨੂੰ YouTube study ship YouTube ਚੈਨਲ ਦੇ ਵੱਲੋਂ ਗੁੱਡ ਲੱਕ ਬਹੁਤ-ਬਹੁਤ ਸ਼ੁਭ ਕਾਮਨਾਵਾਂ ਸਾਰੇ ਕੈਂਡੀਡੇਟਸ ਨੂੰ ਸੋ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਕਿਸੇ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਲਈ ਤੁਹਾਡਾ ਬਹੁਤ-ਬਹੁਤ ਥੈਂਕ ਯੂ ਗੁੱਡ ਲੱਕ ਅਗੇ